ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ ਬਾਕੀ ਹੋਰ ਸਭ ਵੀਰਾਂ ਭਰਾਵਾਂ ਦਾ ਚੈਨਲ ਜੂਟੂ ਫਾਰਮਰ ਤੇ ਸਵਾਗਤ ਹੈ ਸੋ ਅੱਜ ਦੀ ਵੀਡੀਓ ਵਿੱਚ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਆ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਪੰਜਾਬ ਵਿੱਚ 4 ਫਰਵਰੀ ਨੂੰ ਸ਼ਾਮ ਤੋਂ ਲੈ ਕੇ ਰਾਤ ਦੇ ਸਮੇਂ ਕਈ ਇਲਾਕਿਆਂ ਵਿੱਚ ਜਿਹੜੀ ਬਰਖਾ ਹੋਣ ਦੇ ਅਸਰ ਬਣ ਰਹੇ ਨੇ ਸੋ ਜਾਣਕਾਰੀ ਵਿੱਚ ਸਾਂਝੀ ਕਰਾਂਗੇ ਵੀ ਕਿਹੜੇ-ਕਿਹੜੇ ਇਲਾਕੇ ਵਿੱਚ ਮੀਂਹ ਪੈਣ ਦੇ ਅਸਰ ਨੇ ਜਾਂ ਕਿਹੜੇ ਇਲਾਕੇ ਖੁਸ਼ਕ ਰਹਿਣਗੇ ਜੇਕਰ ਆਪਾਂ ਸੈਟਲਾਈਟ ਤਸਵੀਰ ਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ ਜਿਹੜੇ ਇਲਾਕੇ ਜਿਵੇਂ ਫਾਜ਼ਿਲਕਾ ਜ਼ਿਲ੍ਹੇ ਦੇ ਭਾਗ ਇਸ ਤੋਂ ਇਲਾਵਾ ਮੁਕਸਰ ਫਰੀਦਕੋਟ ਫਿਰੋਜ਼ਪੁਰ ਤਰਨਤਾਰਨ ਸਾਹਿਬ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਤੇ ਜਲੰਧਰ ਇਹਨਾਂ ਦੇ ਇਲਾਕਿਆਂ ਵਿੱਚ ਜਿਹੜੀ ਬੱਦਲਬਾਈ ਸ਼ਾਮ ਤੋਂ ਲੈ ਕੇ ਆਰੰਭ ਹੋ ਜਿਹੜੀ ਹੁਣ ਆਰੰਭ ਹੋ ਜਾਵੇਗੀ ਅਤੇ ਰਾਤ ਤੱਕ ਕਈ ਇਲਾਕੇ ਵਿੱਚ ਬਰਖਾ ਕਰ ਸਕਦੀ ਹੈ ਮੇਨ ਤੌਰ ਤੇ ਜਿਹੜੇ ਸਰਹੱਦੀ ਇਲਾਕੇ ਹੋਣਗੇ ਉਹਨਾਂ ਵਿੱਚ ਸ਼ਾਮ ਦੇ ਵੇਲੇ ਇੱਕ ਦੋ ਸਨਾਂ ਤੇ ਜਿਹੜੀ ਬਰਸਾਤ ਆ ਉਹ ਦੇਖਣ ਨੂੰ ਮਿਲ ਸਕਦੀ ਹੈ ਅਤੇ ਉਸ ਤੋਂ ਬਾਅਦ ਇਹ ਬੱਦਲਬਾਈ ਲੁਧਿਆਣਾ ਜਲੰਧਰ ਮੋਗਾ ਹੁਸ਼ਿਆਰਪੁਰ ਕਪੂਰਥਲਾ ਨਵਾਂ ਸ਼ਹਿਰ ਇਹਨਾਂ ਇਲਾਕਿਆਂ ਵਿੱਚ ਇੱਕ ਦੋ ਸਨ ਦੇ ਰਾਤ ਦੇ ਸਮੇਂ ਜੜੀ ਵਰਖਾ ਕਰ ਸਕਦੀ ਹੈ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਕੁਝ ਭਾਗਾਂ ਵਿੱਚ ਹਲਕੇ ਰੂਪ ਵਿੱਚ ਜੜੀ ਵਰਖਾ ਉਹ ਦੇਖਣ ਨੂੰ ਮਿਲ ਸਕਦੀ ਹੈ ਤੇ ਉਸ ਤੋਂ ਇਲਾਵਾ ਸੰਗਰੂਰ ਪਟਿਆਲਾ ਸਮਾਣਾ ਪਾਤੜਾ ਨਾਬਾ ਏਰੀਆ ਇਹਨਾਂ ਇਲਾਕਿਆਂ ਵਿੱਚ ਵੀ ਹਲਕੇ ਰੂਪ ਵਿੱਚ ਇੱਕ ਦੋ ਸਨ ਦੇ ਮੀਂਹ ਪੈਣ ਦੇ ਅਸਾਰ ਨੇ ਜਿਹੜੇ ਕਿ ਬਹੁਤ ਘੱਟ ਰਹਿਣਗੇ ਬੱਦਲਬਾਈ ਜਰੂਰ ਹੋ ਸਕਦੀ ਹੈ ਰਾਤ ਦੇ ਸਮੇਂ ਤੇ 16 ਬਾਈ ਜਿਹੜੇ ਬਾਕੀ ਇਲਾਕੇ ਰਹਿਣਗੇ ਜਿਵੇਂ ਬਣੇ ਫਤੇਗੜ ਸਾਹਿਬ ਦਾ ਇਲਾਕਾ ਮਾਚੀਵਾੜਾ ਸਾਹਿਬ ਗੜਸ਼ੰਕਰ ਬੱਸੀ ਪਠਾਣਾ ਗੁਰਦਾਸ ਸੌਰੀ ਗੋਬਿੰਦਗੜ ਸਰਹਿੰਦ ਤੇ ਇਸ ਤੋਂ ਇਲਾਵਾ ਜਿਹੜੇ ਆਪਣੇ ਹੋਰ ਇਲਾਕੇ ਪੈ ਜਾਂਦੇ ਨੇ ਜਿਵੇਂ ਚੰਡੀਗੜ੍ਹ ਹੋ ਗਿਆ ਮੋਹਾਲੀ ਰੂਪਨਗਰ ਆਨੰਦਪੁਰ ਸਾਹਿਬ ਇਹਨਾਂ ਇਲਾਕਿਆਂ ਵਿੱਚ ਵੀ ਜਿਹੜੀ ਰਾਤ ਦੇ ਸਮੇਂ ਇੱਕ ਦੋ ਸਨ ਤੇ ਹਲਕੀ ਬਰਸਾਤ ਆ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਹੈ ਸੋ ਜੇ ਕੁੱਲ ਮਿਲਾ ਕੇ ਕਹੀਏ ਤਾਂ ਪੰਜਾਬ ਵਿੱਚ ਰਾਤ ਦੇ ਸਮੇਂ ਲਗਭਗ ਸ਼ਾਮ ਤੋਂ ਲੈ ਕੇ ਰਾਤ ਤੱਕ ਕਈ ਇਲਾਕਿਆਂ ਵਿੱਚ ਜਿਹੜੀ ਬਰਸਾਤ ਆ ਹਲਕੇ ਰੂਪ ਵਿੱਚ ਹੋਣ ਦੇ ਸਾਰ ਬਣੇ ਨੇ 4 ਫਰਵਰੀ ਨੂੰ ਤੇ ਰਾਤ ਦੇ ਸਮੇਂ ਜਿਹੜਾ ਮੌਸਮ ਇਸੇ ਤਰ੍ਹਾਂ ਬੱਦਲਬਾਈ ਵਾਲਾ ਰਹੇਗਾ ਕਈ ਇਲਾਕੇ ਮੀਂਹ ਤੋਂ ਬਾਝੇ ਵੀ ਰਹਿਣਗੇ ਮਤਲਬ ਸੁੱਕੇ ਰਹਿਣਗੇ ਹਲਕੀ ਬੱਦਲਬਾਈ ਨਾਲ ਤੇ ਲਗਭਗ 50% ਇਲਾਕਿਆਂ ਵਿੱਚ ਇੱਕ ਦੋ ਸਾਨਾ ਜਿਹੜੀ ਹਲਕੇ ਰੂਪ ਵਿੱਚ ਬਰਸਾਤਾਂ ਕਣੀਆਂ ਦੇਖਣ ਨੂੰ ਮਿਲ ਸਕਦੀਆਂ ਨੇ